ਜਦੋਂ ਆਪਾਂ ਸੜਕ 'ਤੇ ਤੋਰਨਾ ਇਹਨੂੰ ਕਰੋ ਇੱਕੋ 'ਤੇ, ਜਦੋਂ ਕੋਈ ਆਪਾਂ ਜ਼ਮੀਨ ਦੇ ਵਿੱਚ ਕੋਈ ਕੰਮ ਲੈਣਾ ਹੈਵੀ ਇੰਪਲੀਮੈਂਟ ਆ ਗਿਆ ਜਿਵੇਂ ਉਦੋਂ ਕਰੋ ਐਸਟੀਡੀ 'ਤੇ। ਟੈਬਟਾਂ ਵਾਲਾ ਕਵਰ ਆ ਗਿਆ, ਠੀਕ ਹੈ। ਟੈਬਟਾਂ ਹੁੰਦੀਆਂ ਨੇ ਨਾ ਜਿਹੜੀ ਇੰਜਨ ਦੇ ਵਿੱਚ, ਉਹ ਢੱਕੀਆਂ ਗਈਆਂ ਇਹਦੇ ਨਾਲ, ਇਹ ਗੱਲਬਾਤ ਇਹਦੀ ਸਪੈਸ਼ਲ ਲਾਈ ਹੋਈ ਆ, ਠੀਕ ਆ। ਇਹਦੇ ਵੀ ਲਾਈ ਹੋਈ ਆ, ਇਹਨੂੰ ਆਪਾਂ ਜਿੱਥੇ ਮਰਜ਼ੀ ਸੈੱਟ ਕਰ ਲਈਏ। ਅੰਦਰ ਆ ਕੇ ਇਹਦੇ ਵਿੱਚ ਇਹੋ ਜਿਹਾ ਸਿਸਟਮ ਲੱਗਿਆ ਹੋਇਆ ਹੈਗਾ ਵੀ ਇਹ ਜਿਹੜਾ ਮੁਗਲੈਲ ਠੰਡਾ ਕਰਕੇ ਫਿਰ ਕੂਲੈਂਟ ਇਹਦੇ ਵਿੱਚ ਦੀ ਵਾਪਸ ਇੰਜਨ 'ਚ ਜਾ ਵੜਦਾ। ਜੋ ਵੀ ਚੋਬਰੋ ਕੀ ਹਾਲ ਆ, ਠੀਕ ਠਾਕ ਹੋ? ਅਤੇ ਤੁਹਾਡੇ ਬੜੇ ਕਮੈਂਟਸ ਆਏ ਸੀ, ਹੈ ਨਾ, ਵੀ ਜੋਂਡੀਅਰ 5310 CRD ਗੇਅਰ ਪ੍ਰੋ, ਲਿਫਟ ਪ੍ਰੋ, ਅਤੇ ਇੱਕ ਹੈਗਾ ਪਾਵਰ ਟੈਕ, ਠੀਕ ਹੈ। ਇਹਦਾ ਫੁੱਲ ਨੇਮ ਇਹਨੂੰ ਕਹਿ ਦਿੰਦੇ ਆ, ਇਹਨਾਂ ਦੇ ਮਤਲਬ ਕੀ ਆ ਮੈਂ ਤੁਹਾਨੂੰ ਇਹ ਵੀ ਦੱਸੂੰਗਾ, ਠੀਕ ਹੈ, ਵੀ ਇਹਦਾ ਬਲੌਗ ਲੈ ਕੇ ਆਓ। ਅਤੇ ਅੱਜ ਮੈਂ ਤੁਹਾਡੇ ਲਈ ਇਹੀ ਜੋਂਡੀਅਰ 5310 ਜਿਹੜਾ ਆਪਣੇ ਸਾਹਮਣੇ ਖੜ੍ਹਾ, ਅਤੇ ਇਹਦਾ ਹੀ ਆਪਾਂ ਜਿਹੜਾ ਬਲੌਗ ਸ਼ੂਟ ਕਰਦੇ ਹਾਂ, ਇਹਦੇ ਬਾਰੇ ਮੈਂ ਤੁਹਾਨੂੰ ਫੁੱਲ ਨੌਲੇਜ ਦਿੰਦਾ ਕੀ ਗੱਲਬਾਤ ਆ, CRDI ਦੇ ਵਿੱਚ ਵੀ ਕੀ ਫਰਕ ਹੁੰਦਾ, ਠੀਕ ਹੈ। ਅਤੇ ਸਾਰਾ ਆਪਾਂ ਹੁਣ ਤੁਹਾਨੂੰ ਮੈਂ ਬਲੌਗ ਆ ਜਿਹੜਾ ਸਟਾਰਟਿੰਗ ਤੋਂ ਐਂਡ ਤੱਕ ਸਾਰਾ ਦਿਖਾਊਂਗਾ। ਅਤੇ ਬਲੌਗ ਦੇਖਦੇ ਦੇਖਦੇ ਜਿਹੜੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਯੂਟਿਊਬ ਵਾਲੇ ਅਤੇ ਫੇਸਬੁੱਕ ਵਾਲੇ ਫੇਸਬੁੱਕ ਪੇਜ ਨੂੰ ਫੋਲੋ ਅਤੇ ਲਾਈਕ ਕਰ ਦਿਓ, ਅਤੇ ਇੰਸਟਾਗ੍ਰਾਮ ਆਪਣਾ ਸਿੱਧੂ ਮਹਾਰਾਜ, ਯੂਟਿਊਬ ਸਿੱਧੂ ਮਹਾਰਾਜ ਯੂਟਿਊਬ ਲਗਾਤਾਰ ਹੀ ਆ, ਕੋਈ ਸਪੇਸ ਨਹੀਂ ਹੈਗੀ, ਅਤੇ ਉਹਦੇ ਫੋਲੋ ਕਰ ਲਓ। ਅਤੇ ਲੈ ਵੀ ਹੁਣ ਤੁਹਾਨੂੰ ਮੈਂ ਦੱਸਦਾ, ਜੋਂਡੀਅਰ 5310 CRDI ਆ ਜਾਓ ਵੀ ਚੋਬਰੋ, ਆਪਣੇ ਸਾਹਮਣੇ ਖੜ੍ਹਾ ਇਹ 5310 ਜੋਂਡੀਅਰ, ਠੀਕ ਹੈ। ਅਤੇ ਜਿਹੜਾ ਪਹਿਲਾਂ ਇਹਦੀ ਆਪਾਂ ਡਿਜ਼ਾਇਨਿੰਗ ਦੀ ਗੱਲ ਕਰੀਏ, ਅਤੇ ਜਿਹੜਾ ਇਹਦਾ ਗ੍ਰੀਨ ਅਤੇ ਯੈਲੋ ਕਲਰ ਦੇ ਵਿੱਚ ਜਿਹੜੀ ਦੀ ਡਿਜ਼ਾਇਨਿੰਗ ਆ, 1998 ਤੋਂ ਲੈ ਕੇ ਹੁਣ 2023 ਤੱਕ ਜਿਹੜਾ ਐਵੇਂ ਆਉਂਦੀ ਆਈ ਹੈਗੀ। ਇਹ ਦੇਖੋ ਸੈਲੀਬ੍ਰੇਟਿੰਗ 25 ਈਅਰਸ ਇਨ ਇੰਡੀਆ, ਠੀਕ ਹੈ। ਇੰਡੀਆ ਦੇ ਵਿੱਚ ਇਹਨੂੰ 25 ਸਾਲ ਹੋ ਗਏ ਆ, ਅਤੇ ਜਿਹੜਾ ਇਹਦਾ ਕਲਰ ਆ ਜਿਹੜਾ ਬਹੁਤ ਹੀ ਸੋਹਣਾ ਲੱਗਦਾ, ਤੁਹਾਨੂੰ ਪਤਾ ਜੋਂਡੀਅਰ ਦਾ ਇਹ ਕਲਰ ਬਹੁਤ ਹੀ ਸੋਹਣਾ ਲੱਗਦਾ। ਅਤੇ ਇੱਥੇ ਜੋਂਡੀਅਰ 5310 ਅਤੇ ਇੱਕ ਇਹ 57 ਹਾਊਸ ਪਾਵਰ ਦਾ ਟਰੈਕਟਰ ਆ, 57 HP ਦਾ ਟਰੈਕਟਰ ਆ। ਅਤੇ ਇੱਕ ਇਹਦੇ ਜਿਵੇਂ ਡਿਜ਼ਾਇਨ ਦੇ ਵਿੱਚ ਕਾਫੀ ਫਰਕ ਪਾਇਆ, ਅਤੇ ਜਿਹੜਾ ਆਪਾਂ ਇਹ ਏਅਰ ਵੈਂਟੀਲੇਸ਼ਨ ਆ ਜਿਹੜੀ ਵੀ ਇੰਜਨ ਦੇ ਸਿਸਟਮ ਦੇ ਵਿੱਚ ਸਾਰੇ ਇਹਦੀ ਬੋਡੀ ਦੇ ਵਿੱਚ ਆ ਜਿਹੜੀ ਜ਼ਿਆਦਾ ਹੁੰਦੀ ਰਹੇ, ਠੀਕ ਹੈ। ਅਤੇ ਇਹਦਾ ਮਤਲਬ ਨਾ ਵੀ ਏਅਰ ਵੈਂਟੀਲੇਸ਼ਨ ਵੀ ਇਹਦਾ ਇੰਜਨ ਵੱਡੇ ਹੁੰਦੇ ਨੇ, ਹੈ ਨਾ, ਵੀ ਜਿਹੜੀ ਗਰਮ ਹਵਾ ਹੁੰਦੀ ਆ, ਹੀਟ ਵਾਲੀ ਹਵਾ ਹੁੰਦੀ ਆ, ਵੀ ਇਹਦੇ ਵਿੱਚੋਂ ਨਿਕਲਦੀ ਰਹੇ, ਜਿਹੜੀਆਂ ਪੰਜਾਬੀ ਦੇ ਵਿੱਚ ਜਿਵੇਂ ਕਹਿ ਦਈਏ ਜਿਹੜੀਆਂ ਜਾਲੀਆਂ ਲਾਈਆਂ ਹੁੰਦੀਆਂ ਪਲਾਸਟਿਕ ਦੀਆਂ, ਅਤੇ ਇਹਨਾਂ ਦੇ ਵਿੱਚੋਂ ਆ ਜਿਹੜੀ ਗਰਮ ਹਵਾ ਨਿਕਲਦੀ ਰਹਿੰਦੀ ਆ, ਅਤੇ ਜਿਹਦਾ ਕਰਕੇ ਇੰਜਨ ਆ ਠੰਡਾ ਰਹਿੰਦਾ। ਮੈਂ ਤੁਹਾਨੂੰ ਇੱਧਰ ਵੀ ਦਿਖਾਉਣਾ, ਇਸ ਤਰ੍ਹਾਂ ਇੱਧਰ ਵੀ 4 ਜਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ, ਆ ਸਭ ਤੋਂ ਵੱਡੀ, ਠੀਕ ਹੈ ਜੀ, ਉਦੋਂ ਛੋਟੀ, ਉਦੋਂ ਛੋਟੀ, ਉਦੋਂ ਛੋਟੀ, ਮੈਂ ਇਸ ਤਰ੍ਹਾਂ। ਅਤੇ ਆਪਾਂ ਇਹਦੇ ਜਿਵੇਂ ਇੱਧਰ ਸਟਾਰਟਿੰਗ ਤੋਂ ਇੱਧਰ ਦੇਖੀਏ ਆਪਾਂ ਗੱਲਬਾਤ ਹੈ, ਅਤੇ ਜਿਹੜੀ ਇਹਦੀ ਲਾਈਟਾਂ ਦੇ ਆਸੇ ਪਾਸੋਂ ਇਹ ਕਰੋਮ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਇੱਥੋਂ ਤੱਕ ਇਹਦੀ ਇਹ ਕਵਰ ਕੀਤਾ ਹੋਇਆ, ਅਤੇ ਇਸ ਤਰ੍ਹਾਂ ਦੋਨੇ ਸੇਮ ਲਾਈਟਾਂ ਦੂਰੋਂ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਆਪਾਂ ਨੂੰ ਲੱਗਣਗੀਆਂ। ਅਤੇ ਇੱਧਰ ਆ ਗਿਆ ਜੀ ਜੋਂਡੀਅਰ ਦਾ ਲੋਗੋ ਆ ਗਿਆ ਸਾਹਮਣੇ ਤੋਂ, ਠੀਕ ਹੈ, ਅਤੇ ਇਹਦੀ ਦੇਖ ਸਕੋ। ਅਤੇ ਜੇ ਜਿਹੜਾ ਇਹਦਾ ਬੰਪਰ ਹੈ ਇਹ ਅਸੈਸਰੀ ਦੇ ਵਿੱਚ ਜੇ ਆਉਂਦਾ ਹੋਇਆ ਤਾਂ ਤੁਹਾਨੂੰ ਜਿਹੜੇ ਸ਼ੋਰੂਮ ਵਾਲੇ ਦੇ ਦੇਣਗੇ, ਜੇ ਅਸੈਸਰੀ ਦੇ ਵਿੱਚ ਨਾ ਆਉਂਦਾ ਹੋਇਆ ਤਾਂ ਉਹ ਨਹੀਂ ਦੇਣਗੇ, ਠੀਕ ਹੈ। ਜ਼ਰੂਰੀ ਨਹੀਂ ਹੈਗਾ ਵੀ ਇਹਦੇ ਨਾਲ ਬੰਪਰ ਤੁਹਾਨੂੰ ਮਿਲੂਗਾ ਹੀ। ਹੁਣ ਚੋਬਰੋ ਆਪਾਂ ਗੱਲ ਕਰੀਏ ਜਿਹੜਾ ਇਹਦੇ ਇੰਜਨ ਦੀਆਂ ਗੱਲਾਂ ਬਾਤਾਂ ਕਰੀਏ, ਜਿਹੜੀਆਂ ਮੇਨ ਗੱਲਾਂ ਬਾਤਾਂ ਆਪਣੀਆਂ ਕਰਨ ਵਾਲੀਆਂ ਨੇ। ਅਤੇ ਇਹ ਜਿਹੜਾ ਇਹਦਾ ਇੰਜਨ ਦੀ CC ਦੀ ਗੱਲ ਕਰੀਏ, 2900 CC ਦਾ ਇੰਜਨ ਆ ਇਹਦਾ, 2900 CC ਦਾ ਇੰਜਨ ਆ ਗਿਆ ਇਹਦਾ। 2100 ਚੱਕਰਾਂ ਦੇ ਉੱਤੇ ਆਪਾਂ ਨੂੰ 57 ਹਾਊਸ ਪਾਵਰ ਇਹ ਪੈਦਾ ਕਰ ਦਿੰਦਾ। ਵੀ ਜਿਵੇਂ ਆਪਾਂ ਪੰਜਾਬੀ 'ਚ ਇੱਕ ਹੋਰ ਗੱਲ ਵੀ ਕਰੀਏ, ਹੈ ਨਾ, ਵੀ 2100 ਚੱਕਰਾਂ ਦੇ ਵਿੱਚ ਵਿੱਚ ਵੀ ਜਿਹੜੀ ਉਹਦੀ PTO ਪਾਵਰ ਦੇ ਚੱਕਰ ਹੁੰਦੇ, ਜਿਹੜੇ PTO ਦੇ ਚੱਕਰ ਹੁੰਦੇ ਆ, ਵੀ 540 ਚੱਕਰ ਉਹ ਪੂਰੇ ਕਰ ਦਿੰਦਾ ਇਹ, ਠੀਕ ਆ। ਆਪਾਂ ਇਹ ਗੱਲ ਵੀ ਆਪਾਂ ਜਿਵੇਂ ਕਹਿ ਸਕਦੇ ਹਾਂ, ਆਪਾਂ ਚਲੋ PTO ਤੋਂ ਵੀ ਪਿੱਛੇ ਜਾਵਾਂਗੇ, ਆਪਾਂ ਇਹ ਗੱਲ ਵੀ ਇਹਦੇ ਨਾਲ ਆਉਂਦੀ ਆ ਵੀ 2100 ਵੀ ਜਿਹੜੀ ਇਹਦੀ PTO ਦੇ ਚੱਕਰ ਆ, ਹੈ ਨਾ, ਅਤੇ ਉਹ ਵੀ 2100 RPM 'ਤੇ ਪੂਰੇ ਕਰ ਦਿੰਦਾ ਜਿਹੜੇ 540 ਚੱਕਰ ਇਹਦੇ ਹੁੰਦੇ ਨੇ। ਅਤੇ ਇਹ ਗੱਲਬਾਤ ਇਹਦੀ ਹੈਗੀ ਆ। ਅਤੇ ਜਿਹੜੀ ਆਪਾਂ ਇਹਦੀ ਇੰਜਨ ਦੀ ਟੈਕਨੋਲੋਜੀ ਦੀ ਗੱਲ ਕਰੀਏ, ਮੈਂ ਤੁਹਾਨੂੰ ਨਾ ਜਿਹੜਾ ਇਹਦਾ ਬੋਨਟ ਇਹਦੇ ਚੱਕ ਕੇ ਚੰਗੀ ਤਰ੍ਹਾਂ ਸਮਝਾਉਣਾ ਇਹਦੀ ਗੱਲਬਾਤ। ਇਸ ਤਰ੍ਹਾਂ ਇਹਨੂੰ ਚਾਬੀ ਨੂੰ ਘੁਮਾਓ, ਇਹ ਆ ਚੱਕਿਆ ਗਿਆ ਐਂ, ਇੱਕ ਹੱਥ ਨਾਲ ਜਿਵੇਂ ਮੈਂ ਤੁਹਾਨੂੰ ਚੱਕ ਕੇ ਦਿਖਾਇਆ ਨਾ, ਆਈ ਸੌਖਾ ਹੀ ਚੱਕਿਆ ਜਾਂਦਾ। ਅਤੇ ਜਿਹੜੇ ਇਹਦੇ ਆਹ ਦੋਨੇ ਹਾਈਡ੍ਰੋਲਿਕ ਜੈਕ ਨੇ, ਜਿਹੜੇ ਰਾਈਟ ਐਂਡ ਲੈਫਟ ਇਹ ਦੋਨੇ ਹਾਈਡ੍ਰੋਲਿਕ ਜੈਕ ਨੇ ਇਹਦੇ ਜਿਹੜੇ ਲੱਗੇ ਹੋਏ ਨੇ ਆਸਾਨੀ ਨਾਲ ਹੀ ਇਸ ਤਰ੍ਹਾਂ ਇਹ ਉੱਪਰ ਨੂੰ ਬੋਨਟ ਜਿਹੜਾ ਚੱਕਿਆ ਗਿਆ। ਅਤੇ ਇੱਧਰੋਂ ਬੋਨਟ ਅਤੇ ਇੱਧਰ ਮਾਰੋ ਨਿਗਾ, ਇੱਧਰ ਵਿੱਚੋਂ ਲਾਈਟਾਂ ਵਾਲਾ ਸਿਸਟਮ ਆ ਗਿਆ, ਠੀਕ ਹੈ ਜੀ। ਤਾਂ ਇੱਧਰ ਆਹ ਜਾਲੀ ਵਗੈਰਾ ਲੱਗੀ ਹੈਗੀ ਜਿਹੜੀ ਆਪਣੇ ਇੰਜਨ ਦੀ ਰੇਡੀਏਟਰ ਦੀ ਸੇਫਟੀ ਲਈ। ਅਤੇ ਇਹਦਾ ਹੁਣ ਆਪਾਂ ਇੱਧਰ ਆ ਗਏ ਇੰਜਨ ਦੇ, ਇਹਦੇ ਸਾਇਲੈਂਸਰ ਕੋਲ ਆ ਗਏ। ਅਤੇ ਜਿਹੜਾ ਤੁਸੀਂ ਜੋਂਡੀਅਰ ਦਾ ਸਾਇਲੈਂਸਰ ਆ, ਇਹ ਤੁਸੀਂ ਲੰਮੇ ਸਮੇਂ ਤੋਂ ਦੇਖ ਹੀ ਰਹੇ ਹੋ, ਹੈ ਨਾ, ਇਸ ਸ਼ੇਪ 'ਚ ਹੀ ਆਉਂਦਾ ਹੈਗਾ, ਇਹ ਇੱਕੋ ਜਿਹੀ ਸ਼ੇਪ 'ਚ ਹੀ ਆਉਂਦਾ ਹੈਗਾ, ਠੀਕ ਹੈ, ਇੱਕੋ ਜਿਹੀ ਪੈਪ ਦੇ ਵਿੱਚ ਹੀ ਬਣਿਆ ਹੁੰਦਾ ਹੈਗਾ।
ਅਤੇ ਜਿਹੜਾ ਕਿ ਇਹ ਬੜਾ ਸਾਈਲੈਂਟ ਸਲੈਂਸਰ ਹੁੰਦਾ ਜੌਂਡੀਅਰ ਤਾਂ ਵੈਸੇ ਪਹਿਲਾਂ ਤੋਂ ਹੀ ਸਾਈਲੈਂਟ ਆਪਾਂ ਮੰਨਦੇ ਹਾਂ ਵੀ ਜੌਂਡੀਅਰ ਇੱਕ ਟਰੈਕਟਰ ਇਹੋ ਜਿਹਾ ਵੀ ਜਿਹੜਾ ਸਭ ਤੋਂ ਪਹਿਲਾਂ ਸਾਈਲੈਂਟ ਆਪਾਂ ਨੂੰ ਸ਼ੋਅ ਹੋਣ ਲੱਗਿਆ। ਇਹਦੀ ਆਪਾਂ ਫੁੱਲ ਫਾਰਮ ਦੀ ਗੱਲ ਕਰੀਏ, ਇਹਨੂੰ ਕਹਿੰਦੇ ਕੋਮਨ ਰੇਲ ਡਾਇਰੈਕਟ ਇੰਜੈਕਸ਼ਨ, ਕੋਮਨ ਰੇਲ ਡਾਇਰੈਕਟ ਇੰਜੈਕਸ਼ਨ। ਠੀਕ, ਇਹਦੇ ਲੱਗਿਆ ਹੋਇਆ ਈਜ਼ੀਅਰ, ਵੀ ਮਤਲਬ ਇਹਦੇ ਵਿੱਚ ਜਿਹੜੀ ਇੱਕ ਆਹ ਪਾਇਪ ਆਉਂਦੀ ਹੈ ਇੰਜਣ ਦੇ ਵਿੱਚੋਂ, ਠੀਕ ਹੈ, ਇਹ ਪਾਇਪ ਇੰਜਣ ਦੇ ਵਿੱਚੋਂ ਜਦੋਂ ਆਉਂਦੀ ਹੈ, ਇਹਦਾ ਧੂੰਏ ਵਾਲੀ ਪਾਇਪ ਹੈ ਇਹ, ਅਤੇ ਧੂੰਆਂ ਆਉਂਦਾ ਇੱਧਰ ਈਜ਼ੀਅਰ 'ਚ, ਠੀਕ ਹੈ। ਅਤੇ ਇੱਕ ਆਹ ਪਾਇਪ ਜਿਹੜੀ ਤੁਸੀਂ ਦੇਖੀ ਜਾਂਦੇ ਹੋ ਨਾ, ਇਹਦੇ ਕੂਲੈਂਟ ਵਾਲੀ ਆ ਪਾਇਪ, ਇੱਧਰੋਂ ਵਾਟਰ ਬਾਕਸ ਦੇ ਵਿੱਚੋਂ ਕੂਲੈਂਟ ਵਾਲੀ ਪਾਇਪ ਇਹਦੇ 'ਚ ਆ ਗਈ, ਮਤਲਬ ਇਹਦੇ ਵਿੱਚ ਕੂਲੈਂਟ ਆ ਗਿਆ, ਠੀਕ ਹੈ। ਅਤੇ ਇਹਦੇ ਵਿੱਚੋਂ ਵੀ ਧੂੰਆਂ ਠੰਡਾ ਹੋ ਕੇ ਕੂਲੈਂਟ ਦੀ ਮਦਦ ਦੇ ਨਾਲ ਇੱਧਰ ਦੀ ਜਾ ਕੇ ਇਹਦੇ ਵਿੱਚ ਢੋਲਕੀ ਦੇ ਵਿੱਚ ਜਾ ਵੜਦਾ, ਠੀਕ ਹੈ। ਇਹ ਜਿਹੜੀ ਲਾਈ ਹੋਈ ਹੈ ਇਹਦੇ ਵਿੱਚ ਜੋ ਜਾਵੜਦਾ ਇੱਥੇ ਆ ਕੇ ਖਤਮ ਹੋ ਜਾਂਦਾ, ਅਤੇ ਜਿਹੜਾ ਕਿ ਬੜਾ ਜ਼ਹਿਰੀਲਾ ਧੂੰਆਂ ਹੁੰਦਾ ਗਾ ਉਹ ਬਾਹਰ ਨਿਕਲ ਜਾਂਦਾ ਸਲੈਂਸਰ ਵੇਚ ਦੀ, ਠੀਕ ਹੈ। ਅਤੇ ਬਾਕੀ ਜਿਹੜਾ ਧੂੰਆਂ ਹੁੰਦਾ ਗਾ ਨੋਰਮਲ ਧੂੰਆਂ ਇੰਜਣ ਦੇ ਵਿੱਚ ਹੀ ਖਤਮ ਹੋਈ ਜਾਂਦਾ ਉਹ, ਬਸ। ਪੰਜਾਬੀ ਦੇ ਵਿੱਚ ਇਹਦਾ ਮਤਲਬ ਇਹੀ ਆ, ਬੜਾ ਕੁਛ ਉਲਝਣ ਦੀ ਤੁਹਾਨੂੰ ਲੋੜ ਨਹੀਂ ਹੈਗੀ। ਅਤੇ ਇੱਕ ਆ ਇਹਦੇ ਟਰਬੋ ਲੱਗਿਆ ਹੋਇਆ, ਠੀਕ ਹੈ, ਟਰਬੋ ਵੀ ਇਹਦੀ ਹੈਲਪ ਕਰਦਾ, ਠੀਕ ਹੈ, ਟਰਬੋ ਦੀ ਹੈਲਪ ਕਰਦੇ, ਇਹਦੀ ਪਾਵਰ ਵੀ ਵੱਧ ਗਈ ਟਰੈਕਟਰ ਦੀ, ਅਤੇ ਜਿਹਦੇ ਕਰਕੇ ਜਿਹੜਾ ਪੋਲਿਊਸ਼ਨ ਆ ਉਹ 99.9% ਜਿਹੜਾ 99% ਜਿਹੜਾ ਪੋਲਿਊਸ਼ਨ ਉਹ ਖਤਮ ਹੋ ਗਿਆ। ਇੱਕ ਟਰਬੋ ਨਾਲ ਆਹ ਪਾਈਪ ਕਨੈਕਟ ਹੋਈ ਹੋਈ ਆ, ਠੀਕ ਹੈ, ਇਹ ਟਰਬੋ ਨਾਲ ਪਾਈਪ ਕਨੈਕਟ ਹੋਈ ਹੋਈ ਆ, ਵੀ ਜਿਹੜਾ ਟਰਬੋ ਦੀ ਹੈਲਪ ਦੇ ਨਾਲ ਇੰਟਰਕੂਲਰ ਆ ਜਿਹੜਾ ਇਹ ਇੰਜਨ ਨੂੰ ਠੰਡਾ ਰੱਖਦਾ, ਠੀਕ ਹੈ, ਇੰਟਰਕੂਲਰ ਆ ਗਿਆ। ਅਤੇ ਇਹਦੇ ਨਾਲ ਇੱਕ ਛੋਟਾ ਜਿਹਾ ਵੀ ਹੈਗਾ, ਇੱਧਰ ਦੇਖੋ ਆ ਹੈਗਾ, ਇਹ ਡੀਜ਼ਲ ਨੂੰ ਠੰਡਾ ਰੱਖਦਾ। ਇਹਦੀ ਇੱਕ ਬੜੀ ਵੱਡੀ ਖਾਸੀਅਤ ਆ, ਜਿਹੜਾ ਕਿ ਟਰੈਕਟਰ ਆ ਆਪਣਾ ਠੰਡਾ ਰਹਿੰਦਾ, ਇਹਨੂੰ ਆਪਾਂ ਕਿੰਨਾ ਹੀ ਮਰਜ਼ੀ ਆਪਣੀ ਜ਼ਮੀਨ 'ਚ ਦੱਬੀ ਫਿਰ ਗਏ, ਟਰੈਕਟਰ ਨੇ ਠੰਡਾ ਹੀ ਰਹਿਣਾ। ਇਹ ਦੇਖੋ ਆ ਗਈ ਇੱਧਰ ਪਾਈਪ ਲੱਗੀ ਹੋਈ, ਠੀਕ ਹੈ ਜੀ, ਉੱਧਰੋਂ ਟਰਬੋ ਤੋਂ ਇੰਟਰਕੂਲਰ ਦੇ ਵਿੱਚ ਪਾਈਪ ਆ ਗਈ, ਆ ਪਾਈਪ ਆ ਗਈ, ਆਹ ਦੇਖੋ ਆਹ ਟਰਬੋ ਤੋਂ ਪਾਈਪ ਆ ਗਈ ਇੱਧਰ ਇੰਟਰਕੂਲਰ ਦੇ ਵਿੱਚ, ਠੀਕ ਹੈ। ਅਤੇ ਫਿਰ ਇੱਧਰ ਦੂਜੇ ਪਾਸਿਓਂ ਇੱਧਰ ਬ੍ਰੇਕ ਵਾਲੇ ਪਾਸਿਓਂ ਆ ਗਈ ਪਾਈਪ, ਇਹੀ ਇੰਟਰਕੂਲਰ ਦੇ ਵਿੱਚੋਂ ਆ ਜਾਂਦੀ ਹੈ ਪਾਈਪ ਇੰਜਣ 'ਚ ਜਾਵੜੀ ਸਿੱਧੀ, ਠੀਕ ਹੈ। ਦੇਖੋ ਐਟੋਮੈਟਿਕਲੀ ਜਿਹੜੇ ਇੰਜਨ ਨੂੰ ਇਹਨੇ ਇੰਟਰਕੂਲਰ ਨੇ ਠੰਡਾ ਹੀ ਰੱਖਣਾ, ਠੀਕ ਹੈ। ਅਤੇ ਇੱਕ ਇਹਦੀ ਆਹ ਪਾਈਪ ਜਿਹੜੀ ਕਨੈਕਟ ਹੋ ਗਈ ਇਹ ਸਿੱਧੀ ਜਾਂਦੀ ਹੈ ਇਹਦੇ ਵਿੱਚ ਏਅਰ ਕਲੀਨਰ 'ਚ, ਇਹਦਾ ਡਰਾਈ ਹੈ ਜਿਹੜਾ ਸੁੱਕਾ ਏਅਰ ਕਲੀਨਰ ਆ, ਤੇਲ ਵਾਲਾ ਨਹੀਂ ਹੈਗਾ, ਜਿਹਦਾ ਕਰਕੇ ਇੰਜਣ ਦੀ ਲਾਈਫ 4-5 ਸਾਲ ਐਟੋਮੈਟਿਕ ਵੱਧ ਗਈ। ਇਹਦੇ ਆ ਗਈ ਜੀ ਇੱਕ ਸਾਈਡ ਦੀ ਬੈਂਟਰੀ, ਇੱਕ ਸਾਈਡ ਕੰਪਨੀ ਦੀ ਬੈਂਟਰੀ ਆ ਜਿਹੜੀ ਬੜੇ ਟਰੈਕਟਰ ਕਾਰਾਂ ਦੇ ਵਿੱਚ ਆਉਂਦੀ, ਜਿਹੜੀ ਕਿ ਬਹੁਤ ਫੇਮਸ ਕੰਪਨੀ ਹੈਗੀ। ਆਏ ਹੈਗੇ ਚੋਬਰੂ ਡੀਜ਼ਲ ਫਿਲਟਰ, ਆਪਾਂ ਹੁਣ ਇੱਧਰ ਆ ਗਏ ਹਾਂ, ਆਪਾਂ ਇੱਧਰ ਆ ਗਏ ਹਾਂ ਤੁਹਾਨੂੰ ਹੈ ਨਾ, ਇਹ ਚੀਜ਼ ਦੱਸ ਕੇ ਨਾ ਇੰਟਰਕੂਲਰ ਦੱਸ ਕੇ ਆਪਾਂ ਇੱਧਰ ਆ ਗਏ, ਫਿਰ ਇਹ ਦੱਸਣ ਵਾਲਾ ਤੁਹਾਨੂੰ ਰਹਿ ਗਿਆ ਸੀ, ਇਹ ਡੀਜ਼ਲ ਫਿਲਟਰ ਆ ਗਏ ਅਤੇ ਇਹਦਾ ਪੰਪ ਆ ਗਿਆ। ਜਦੋਂ ਤੁਹਾਡੇ ਟਰੈਕਟਰ ਦੇ ਵਿੱਚ ਡੀਜ਼ਲ ਘੱਟ ਗਿਆ, ਮੰਨ ਲਾ ਡੀਜ਼ਲ ਅੱਧਾ ਲੀਟਰ ਰਹਿ ਗਿਆ ਜਾਂ ਡੀਜ਼ਲ ਜਮੀ ਮੁੱਕ ਗਿਆ, ਉਦੋਂ ਟਰੈਕਟਰ ਤੁਹਾਡਾ ਹਵਾ ਲੈ ਜੂਗਾ, ਤੁਸੀਂ ਤੁਹਾਨੂੰ ਬਾਹਲੀ ਉਲਝਣ ਦੀ ਲੋੜ ਨਹੀਂ, ਫਿਕਰ ਕਰਨ ਦੀ ਲੋੜ ਨਹੀਂ। ਜਦੋਂ ਹਵਾ ਲੈ ਗਿਆ, ਪਹਿਲਾਂ ਤਾਂ ਇਹਦਾ ਜਿਹੜਾ ਪਲੱਗ ਲੱਗੇ ਹੋਇਆ, ਸੈਂਸਰ ਲੱਗੇ ਹੋਇਆ, ਤੁਹਾਨੂੰ ਇੱਥੇ ਮੀਟਰ ਦੇ ਵਿੱਚ ਤੁਹਾਨੂੰ ਸ਼ੋਅ ਹੋ ਜੂਗਾ ਵੀ ਟਰੈਕਟਰ ਹਵਾ ਲੈ ਗਿਆ। ਅਤੇ ਜਦੋਂ ਹਵਾ ਲੈ ਗਿਆ, ਇਹਨੂੰ ਨਟ ਨੂੰ ਢਿੱਲਾ ਕਰਿਓ, ਆਹ ਪੰਪ ਮਾਰਿਓ ਇੱਥੋਂ, ਆਏ ਹਵਾ ਨਿਕਲ ਜੂਗੀ, ਨਟ ਨੂੰ ਕਸਿਓ, ਡੀਜ਼ਲ ਪਾਇਓ, ਸੈਲਫ ਮਾਰਿਓ, ਬੇਫਿਕਰ ਹੋ ਕੇ ਟਰੈਕਟਰ ਸਟਾਰਟ ਹੋ ਜੂਗਾ। ਇਹ ਗੱਲਬਾਤ ਹੈ ਜੀ, ਕਿ ਜਿਹੜੇ ਸਾਰੇ ਸੈਂਸਰ ਲੱਗੇ ਹੋਏ ਨੇ ਇਹ ਤੁਹਾਨੂੰ ਇਹ ਹੈਲਪ ਦਾ ਕਰਦੇ ਨੇ, ਇੱਥੇ ਸਾਰਿਆਂ ਦੇ ਇਹਨਾਂ ਦੇ ਲੋਗੋ ਸ਼ੋਅ ਹੋ ਜਾਂਦੇ ਨੇ, ਜਿਹੜੀ ਵੀ ਕੋਈ ਪ੍ਰੋਬਲਮ ਆਉਂਦੀ ਹੈਗੀ ਸਾਰਾ ਕੁਝ ਤੁਹਾਨੂੰ ਉੱਥੇ ਸ਼ੋਅ ਹੋ ਜਾਂਦਾ। ਟੋਟਲ ਚੀਜ਼ ਦੇ ਇਹਦੇ ਸੈਂਸਰ ਲੱਗੇ ਹੋਏ ਨੇ, ਇੱਕ ਜਿਹੜਾ ਤੁਹਾਨੂੰ ਆਹੀ ਫਿਲਟਰਾਂ ਦੇ ਨਾਲ ਆਹ ਸੈਂਸਰ ਦਿਸ ਰਿਹਾ ਨਾ, ਇਹ ਮੁਗਲੈਲ ਵਾਲਾ ਸੈਂਸਰ ਆ, ਵੀ ਆਪਾਂ ਕਹਿੰਦੇ ਮੁਗਲੈਲ ਚੱਕਣ ਲੱਗ ਗਿਆ ਟਰੈਕਟਰ ਹੈ, ਕੋਈ ਇੰਜਨ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਟਰੈਕਟਰ ਉਦੋਂ ਹੀ ਮੁਗਲੈਲ ਚੱਕਣ ਲੱਗ ਜਾਂਦਾ ਨਾ, ਉਦੋਂ ਇਸ ਸੈਂਸਰ ਦੀ ਮਦਦ ਦੇ ਨਾਲ ਤੁਹਾਨੂੰ ਅੱਗੇ ਟਰੈਕਟਰ ਦੇ ਮੀਟਰ ਦੇ ਵਿੱਚ ਬੱਤੀ ਜਗ ਪਊਗੀ, ਤੁਹਾਨੂੰ ਬਸ ਪਤਾ ਲੱਗ ਜੂਗਾ, ਠੀਕ ਹੈ। ਆਪਣੇ ਨੋਰਮਲ ਆਪਣੇ ਆਮ ਦੇਸੀ ਬੰਦੇ ਨੂੰ ਵੀ, ਅਨਪੜ੍ਹ ਬੰਦੇ ਨੂੰ ਵੀ ਪਤਾ ਲੱਗ ਜੂ ਵੀ ਹਾਂ ਟਰੈਕਟਰ ਦੇ ਜਿਹੜਾ ਮੁਗਲੈਲ ਵਾਲਾ ਲੋਗੋ ਆ ਉਹ ਜਗਣ ਲੱਗ ਗਿਆ ਇੱਥੇ। ਲਓ ਚੋਬਰੋ ਇੱਧਰਲੇ ਪਾਸੋਂ ਉਮੀਦ ਆ ਤੁਹਾਨੂੰ ਸਾਰੀ ਗੱਲ ਸਮਝ ਲੱਗ ਗਈ ਹੋਊਗੀ। ਅਤੇ ਇਹ ਆਪਣੇ ਦਾ ਰੇਡੀਏਟਰ ਆ ਗਿਆ, ਠੀਕ ਹੈ, ਅਤੇ ਇੱਕ ਇਹਦੇ ਨਾਲ ਮੂਹਰੇ ਜਾਲੀ ਦਿੱਤੀ ਹੋਈ ਆ ਟਰੈਕਟਰ ਦੇ, ਐਂ ਨਿਕਲ ਜਾਂਦੀ ਆ ਇਹ, ਅਤੇ ਕੋਈ ਵੀ ਕੋਈ ਮੂਹਰੇ ਕਚਰਾ ਅੜਦਾ ਕੁਛ ਵੀ ਆਪਾਂ ਜਾਲੀ ਨੂੰ ਐਂ ਕੱਢ ਕੇ ਝਾੜ ਸਕਦੇ ਹਾਂ ਐਂ ਆਸਾਨੀ ਨਾਲ। ਆ ਜਿਵੇਂ ਮੈਂ ਹੁਣ ਇੱਕ ਹੱਥ ਨਹੀਂ ਕੱਢ ਲਈ, ਇਹਨੂੰ ਐਂ ਪਾ ਦਿੰਦਾ ਹੁਣ ਮੈਂ, ਰੱਖੋ ਇੱਥੇ ਆਹ ਪੈ ਗਈ ਸਿੰਪਲ, ਠੀਕ ਹੈ ਜੀ, ਐਂ ਪੈ ਜਾਂਦੀ ਪੈ ਗਈ। ਇੱਧਰ ਦੇਖੋ ਜੀ ਇਹ ਆ ਗਿਆ ਕੂਲੈਂਟ ਵਾਲਾ ਟੈਂਕ, ਇੰਜਨ ਦੇ ਵਿੱਚ ਜੇ ਰੇਡੀਏਟਰ ਦੇ ਵਿੱਚ ਕੋਈ ਕੂਲੈਂਟ ਮੁੱਕਦਾ ਜਾਂ ਘੱਟ ਰਹਿੰਦਾ, ਤਾਂ ਇੱਧਰ ਕੂਲੈਂਟ ਟੈਂਕ ਦੇ ਵਿੱਚੋਂ ਰੇਡੀਏਟਰ 'ਚ ਕੂਲੈਂਟ ਪੂਰਾ ਹੋ ਜੂਗਾ। ਅਤੇ
आ गया यदा टैबट वाला कवर आ गया, ठीक है। टैबट होंदिया ने ना जी इंजन के ढकिया गई ये इधर आ जाइए। हूँ आप अल्टीनेटर आ गया है जिहड़ा बैटरी नूं चार्जर करता रहिंदा नाल नाल, ठीक है। तो ये फ्रंट साइड वाला फ्यूज फ्रंट साइड वाले आ गए जिहड़े आ ढक्कण आ गया पीले रंग का मुगलैल वाला, ठीक है। जो आप सर्विस करवाने होंगे आ गए शोरूम के इतों की मुगलैल पै जाता, ठीक है जी। तो आ गया यदा मुगलैल फिल्टर, आ जिहड़ियां दो पाइपां तुहानू दिस रहियां ने ये चोबरो आ पाइप तो हैगी कूलेंट ये राही अंदर आउंदा, यह कूलेंट आ जिहड़ा इहदे विच अंदर आ के इहदे विच इहो जिहा सिस्टम लग्या होया गा भी जिहड़ा मुगलैल ठंडा करके फिर कूलेंट इहदे विच दी वापस इंजन 'च जा वड़दा, यह गलबात है जी। इतों आप जिहड़ा मुगलैल चैक कर सकते हैं किन्ना रह गया इहनू बाहर कढ़ के, सिंपल तुहानू पता ही आ। सैल्फ वाला सिस्टम आ गया, सैल्फ सिस्टम बहुत छोटी है जी, है बहुत पावरफुल, पर जिन्नी छोटी उन्नी पावरफुल। यह आ गया यदा ब्लू वाला सिस्टम, आ इंजन चो पैप, आ पैप है जी वेस्ट, इत्थे आके खत्म हो गई। जो आप कह दी इंजन खत्म हो गया, इंजन धुआं मारदा लगातार इतों की मारूगा, ठीक है। जो कोई अपनी बड़ी प्रॉब्लम आ गई ये ब्लू वाली पैप आ गई। हीट गार्ड ये लगे हुए ने, जिहड़ी इंजन की हीट है पहला तो ये दूई बाहर निकल जाती है, जिहड़े ये जालियां लाइया हुई ने, ठीक है। जे ज़्यादा हीट आ तो हीट भी आ भी रही है तो इंजन भी हीट गार्ड हैल्प करते हैं भी जी हीट अपने तक अपने पैरों तक ना पहुँचे। तुम्हें मैं उपर भी बैठ के दिखाऊँगा इस तरह जो हीट गार्ड आ जो कंपनी ने बड़े वधिया लाए हुए ने। इधरों कुछ भी ना पता लग्या हो तो तुसी कमेंट जरूर कर सकते होगे। तो जिहड़े फ्रंट टायर ने यह है जी 650/20 दे, ये टायरों का साइज है फ्रंट। तो ये जिहड़े पिछे वाले टायर ने 16/9/28। लो हुण आपां इहनूं बोनट नूं ला दईए, आ जा बई थल्ले, ठीक है। इस तरह सिंपल चाबी कढ़ी इहनूं इत्थों, ठीक है। तो जिहड़ा इधर देखिए ना आप जिहड़ी दी मैट आ मैट कंपनी वल्लों ही आपां नूं आउंदा, होर ट्रैक्टर बहुत ट्रैक्टरस ने जिहड़े आपां नूं अलग तों मैट लैके रखना पैंदा, कंपनी राहीं वधिया फिट कीता हुंदा हैगा मैट इह। तो इहदे ब्रेक्स आ गए, ठीक है, ऑयल ब्रेक्स आ गए, ये पावर ब्रेक जिन्हें आप तेल के डुबिया हुई ब्रेक कह दें हों, पैर वाली रेस आ गई, यह जी कि बहुत समूथ सिंपलियाँ नप्पी आती हैगी। हूँ आप चलीए इधर पिछे न, ठीक है जी, सिंपल लाइटा इंडीकेटर आ गए इधर। हूँ आप पिछे जी एक पिछे वाली लाइट आ बहुत सोहनी लगी हुई है, कोई भी इंप्लीमेंट पाना लाइट का चानन सीधा इंप्लीमेंट से जाता, तो उ सिंपल लाइटा आ गई इंडीकेटर लाइट्स, तो इधर नंबर प्लेट के उत्ते लाइट लगी हुई है। तो यदि आप हम पिछे की गल करिए डबल डिस्ट्रीब्यूटर आ गया है, ठीक है जी। तो पिछे बड़ी सोहनी यदि लाइट लगी हुई है, जोंडियर ट्रैक्टर के अपना आम देखते हैं भी जो आप रात को सड़क के उत्ते जाने अपने खेत के उत्ते जो लाइट खेत के काम कर रहे होंगे ट्रैक्टर नाल लाइट तो लाइट बजती है तो बड़ी वधिया जगती है। तो जो डीजल टैंक आ गया जोंडियर का, तो डीजल टैंक ये कपैसिटी हैगी 72 लीटर 72 लीटर डीजल आ जोड़ा आप टैंकी दे विच पा सकते हैं। तो इधर आप पिछों तो देखिए इधर पीटीओ वगैरह जी 540 पीटीओ के चक्कर हो गए। तो ये जी लिंक आ गई ने, लिंक बड़िया मजबूत ने, जिमें मोटा वधिया लोहा लग्या होगा सिंपल आप कह सकते हैं। इतों की यदा सी एल पै जाता, सी एल ऑयल होंगे जो अपना लिफ्ट वाला ऑयल होंगे, लिफ्ट वाला ऑयल होंगे ये पै जाता है। एक ना मैं तुम्हें इन बारे दसदा, कई भरावान इन बारे पता नहीं है, कई पता कई नहीं, जो तीन गलियां दिखा हुई ने। हुण देखो जी ये पाई हुई हैगी टॉप लिंक पाई हुई है जमा थले वाली पाई हुई है, भी यदा मतलब जो आप हलों से लाना इस ट्रैक्टर उदों जमा नीचे पा के रखो, जो उस तो भारी कोई संद चला पाना ये जिमें रोटावेटर मान लीए आप फिर इनू ये पा लो दो नंबर वाली च थले तो दो नंबर वाली च उपरों भी दो नंबर से आ गई बचाले वाली कह दी आप फिर थले तो तीजे नंबर वाली च उदों इनू टॉप लिंक नू फिट करो भी जदों आप सुपर सीडर हैपी सीडर हैवी इंप्लीमेंट चलाने, ठीक है। ये चीज़ का ध्यान रख लिया करो, ठीक है। कई बार आप भुल जाते हैं भुल होना सू ब्लॉग देख के गल मैं क्लीयर करती, ठीक है। चुप रो आ गई है हुण आपां इधरली साइड
ਅਤੇ ਇੱਧਰਲੀ ਸਾਈਡ ਆਪਾਂ ਉੱਪਰ ਦੇਖੀਏ, ਜਿਹੜਾ ਟੋਲ ਬਾਕਸ ਆ ਇਹਦਾ ਉੱਪਰ ਆ ਗਿਆ ਦਿੱਤਾ ਹੋਇਆ, ਅਤੇ ਇੱਧਰਲੀ ਸਾਈਡ ਉਹੀ ਹੀਟ ਗਾਰਡ ਆ ਗਏ, ਆਹੀ ਮੈਟ ਜਿਹੜਾ ਇੱਕ ਹੀ ਬਣਿਆ ਤਣਿਆ ਜੀ ਰੱਖਤਾ ਕੰਪਨੀ ਨੇ, ਅਤੇ ਇਹਦਾ ਬੋਤਲ ਸਟੈਂਡ ਆ ਗਿਆ। ਅਤੇ ਚਲੋ ਹੁਣ ਇੱਧਰੋਂ ਹੁਣ ਉੱਪਰ ਚੜ੍ਹ ਕੇ ਦਿਖਾਈਏ ਤੁਹਾਨੂੰ, ਫੁੱਟ ਰੈਸਟ ਆ ਗਿਆ, ਇੱਥੇ ਧਰੀਏ ਪੈਰ ਆਪਾਂ, ਸਟੇਅਰਿੰਗ ਨੂੰ ਹੱਥ ਪਾ ਸਕਦੇ ਹਾਂ, ਜਿਹੜਾ ਆਪਣਾ ਲੈਫਟ ਹੱਥ ਆ ਇਹਨੂੰ ਪਾ ਸਕਦੇ ਹਾਂ ਹੈਂਗਰ ਨੂੰ, ਠੀਕ ਹੈ। ਅਤੇ ਚਲੋ ਮੇਰੇ ਇੱਕ ਹੱਥ ਦੇ ਵਿੱਚ ਫੋਨ ਆ, ਇਸ ਕਰਕੇ ਮੈਂ ਸਟੇਅਰਿੰਗ ਨੂੰ ਹੱਥ ਪਾ ਕੇ ਰੱਖ ਲਿਆ ਇੱਥੇ ਪੈਰ। ਲਓ ਜੀ, ਬੜੀ ਆਰਾਮਦਾਰੀ ਦੇ ਨਾਲ ਮੈਂ ਟਰੈਕਟਰ ਦੇ ਉੱਤੇ ਸੀਟ 'ਤੇ ਬਹਿ ਗਿਆ ਜੀ। ਅਤੇ ਜਿਹੜਾ ਤਾਂ ਪਲੇਟਫਾਰਮ ਦੇਖਿਆ, ਪਹਿਲਾਂ ਤਾਂ ਮੇਰੀ ਨਿਗਾਹ ਪਲੇਟਫਾਰਮ 'ਤੇ ਵੱਜੀ ਬੈਠਣ ਸਾਰੇ, ਪਲੇਟਫਾਰਮ ਬਹੁਤ ਖੁੱਲ੍ਹਾ, ਦੇਖੋ ਇਸ ਤਰ੍ਹਾਂ ਦੇਖ ਸਕਦੇ ਹੋ, ਮੈਂ ਬਹੁਤ ਆਰਾਮਦਾਰੀ ਨਾਲ ਬੈਠਾ ਇਹਦੇ 'ਤੇ। ਇਹਦਾ ਜਿਹੜਾ ਸਟੇਅਰਿੰਗ ਬਿਲਕੁਲ ਕਾਰ ਵਾਂਗੂ ਬਹੁਤ ਆਸਾਨੀ ਨਾਲ ਜਿਹੜੇ ਕੰਟਰੋਲ ਦੇ ਵਿੱਚ ਆਉਂਦਾ। ਮੈਂ ਤੁਹਾਨੂੰ ਇਹਦੇ ਮੀਟਰ ਔਨ ਕਰਕੇ ਦਿਖਾਉਣਾ, ਇਹ ਦੇਖੋ ਜਿਵੇਂ ਬਿਲਕੁਲ ਕਾਰ ਵਾਲਾ, ਹੈ ਨਾ, ਕਾਰ ਵਾਲਾ ਸਿਸਟਮ। ਅਤੇ ਇਹ ਵੇ ਇਸ ਤਰ੍ਹਾਂ, ਇੱਧਰ ਲੈਫਟ ਇੰਡੀਕੇਟਰ, ਇਸ ਤੋਂ ਰਾਈਟ ਇੰਡੀਕੇਟਰ ਜਿਹੜਾ ਔਨ ਹੋ ਗਿਆ। ਪਾਰਕਿੰਗ ਸਾਰੇ ਚਾਰੇ ਦੇ ਚਾਰੇ ਇੰਡੀਕੇਟਰ ਇੱਥੋਂ ਚੱਲ ਪਏ। ਅਤੇ ਮੈਂ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਵੀ ਇਹਦੇ ਜਿਹੜੇ ਸਾਰੇ ਸਿਗਨਲ ਆਉਂਦੇ ਰਹਿੰਦੇ ਹੈਗੇ, ਜਦੋਂ ਜਿਹੜੇ ਸੈਂਸਰ ਆਪਣੇ ਲੱਗੇ ਹੋਏ ਨੇ, ਆਪਣੇ ਕੋਈ ਇੰਜਨ ਦੇ ਵਿੱਚ ਪ੍ਰੋਬਲਮ ਹੈਗੀ ਆ, ਕੋਈ ਡੀਜ਼ਲ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਇੱਥੇ ਇਹਦੇ ਸਾਰੇ ਸੈਂਸਰ ਆਉਂਦੇ ਹੈ। ਅਤੇ ਇਹਦੇ ਜਿਹੜੇ ਇਹਦੇ ਸਾਰੇ ਲੋਗੋ ਆਉਂਦੇ ਰਹਿੰਦੇ ਆ, ਦੁਬਾਰੇ ਦਿਖਾਉਣਾ ਤੁਹਾਨੂੰ, ਆਹ ਸਾਰੇ ਜਿਹੜੇ ਲੋਗੋ ਜਾਗ ਰਹੇ ਨੇ, ਬਸ ਉਹਨੂੰ ਸਿੰਪਲੀ ਪਤਾ ਲੱਗ ਜੂ ਉਹਦਾ ਨਿਸ਼ਾਨ ਹੀ ਕਿਹੋ ਜਿਹਾ ਆਉਂਦਾ, ਵੀ ਸਿੰਪਲ ਨਿਸ਼ਾਨ ਦਿੱਤੇ ਹੋਏ ਨੇ ਵੀ ਇੱਕ ਦੇਸੀ ਬੰਦੇ ਨੂੰ, ਅਨਪੜ੍ਹ ਬੰਦੇ ਨੂੰ ਵੀ ਪਤਾ ਲੱਗ ਜੂਗਾ। ਪੀ ਤਾਂ ਇਹ ਪਾਰਕਿੰਗ 'ਚ ਖੜ੍ਹਾ, ਜਦੋਂ ਆਪਾਂ ਸੜਕ 'ਤੇ ਤੋਰਨਾ ਇਹਨੂੰ ਕਰੋ ਇੱਕੋ 'ਤੇ, ਜਦੋਂ ਕੋਈ ਆਪਾਂ ਜ਼ਮੀਨ ਦੇ ਵਿੱਚ ਕੋਈ ਕੰਮ ਲੈਣਾ, ਹੈਵੀ ਇੰਪਲੀਮੈਂਟ ਆ ਗਿਆ ਜਿਵੇਂ, ਉਦੋਂ ਕਰੋ ਐਸਟੀਡੀ 'ਤੇ, ਠੀਕ। ਜਿਹੜਾ ਆਪਣਾ ਡੀਜ਼ਲ ਆ ਇਹਦਾ ਬਹੁਤ ਬੱਚਤ ਹੁੰਦੀ ਹੈ ਜਦੋਂ ਆਪਾਂ ਇੱਕੋ 'ਤੇ ਕਰ ਲੈਂਦੇ ਹਾਂ, ਠੀਕ ਹੈ। ਉਦੋਂ ਬਸ ਐਸਟੀਡੀ 'ਤੇ ਨਹੀਂ ਰੱਖਣਾ, ਨਹੀਂ ਫਿਰ ਨਹੀਂ ਡੀਜ਼ਲ ਦੀ ਬੱਚਤ ਹੋਣੀ, ਇੱਥੇ ਰੱਖੋ ਇੱਕੋ 'ਤੇ, ਇਹ ਗੱਲਬਾਤ ਹੈਗੀ। ਇੱਧਰ 12 ਵੋਲਟੇਜ ਦਾ ਮੋਬਾਈਲ ਚਾਰਜਰ ਆਪਾਂ ਨੂੰ ਪੁਆਇੰਟ ਦਿੱਤਾ ਹੋਇਆ, ਇੱਥੋਂ ਆਪਾਂ ਮੋਬਾਈਲ ਚਾਰਜਰ ਅਲੱਗ ਕਿਸੇ ਦੁਕਾਨ ਤੋਂ ਲੈ ਕੇ ਜਿਹੜਾ ਇਹਦੇ 'ਚ ਲਾ ਸਕਦੇ ਹਾਂ। ਇਹਦੇ ਆਰ ਪੀ ਐੱਮ 'ਤੇ ਮਾਰੀ ਆਪਾਂ ਝਾਤੀ, 30-3 ਹਜ਼ਾਰ ਤੱਕ ਇਹ ਆਰ ਪੀ ਐੱਮ ਆ ਜਿਹੜਾ ਆਪਾਂ ਨੂੰ ਟਰੈਕਟਰ ਜਿਹੜਾ ਦੇ ਦਿੰਦਾ ਹੈਗਾ, ਠੀਕ ਹੈ। ਅਤੇ ਇੱਧਰ ਡੀਜ਼ਲ ਵਾਲਾ ਲੋਗੋ ਆ ਗਿਆ, ਡੀਜ਼ਲ ਵਾਲਾ ਮੀਟਰ, ਇੱਧਰ ਹੀਟ ਵਾਲਾ ਆ ਗਿਆ, ਠੀਕ ਹੈ। ਆਵੇ ਜਿਵੇਂ ਆ ਘੰਟੇ ਆ ਗਏ, ਇੰਨੇ ਕੁ ਘੰਟੇ ਚੱਲਿਆ ਹੋਇਆ, ਸਾਰੇ ਇਹਦੇ ਸਾਰਾ ਕੁਛ ਆ ਗਿਆ, 6 ਘੰਟੇ ਚੱਲਿਆ ਹੋਇਆ ਟਰੈਕਟਰ ਹੈਗਾ, ਠੀਕ ਹੈ। ਇੱਕ ਨਾ ਜੋਂਡੀਅਰ ਟਰੈਕਟਰ ਦੇ ਇਹਦੇ ਆਹ ਸੋਚ ਦਿੱਤੀ ਹੋਈ ਆ, ਆ ਰੇਸ ਦੇ ਜਮ੍ਹਾਂ ਥੱਲੇ ਇਹਨੂੰ ਨਾ ਜੇ ਆਪਾਂ ਲਗਾਤਾਰ ਦੱਬ ਕੇ ਰੱਖਾਂਗੇ, ਇੱਥੇ ਕੋਡ ਆਉਣਗੇ, ਦਿਖਾਉਣਾ ਤੁਹਾਨੂੰ, ਇਹਨੂੰ ਮੈਂ ਲਗਾਤਾਰ ਦੱਬੀ ਰੱਖਿਆ, ਇੱਥੇ ਆਉਣਗੇ, ਨਿਗਾਹ ਰੱਖਿਓ, ਆ ਗਏ। ਇਹ ਦੱਸਦਾ ਮੈਂ ਤੁਹਾਨੂੰ, ECU PR 27.13 ਵੀ ਇਹ ਗੱਲਬਾਤ ਪਤਾ ਕੀ ਆ, ਵੀ ਜਦੋਂ ਆਪਾਂ ਨੂੰ ਲੱਗਦਾ ਨਾ ਕੋਈ ਟਰੈਕਟਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਅਤੇ ਇਹਨੂੰ ਆਈ ਨੱਪ ਕੇ ਰੱਖੋ, ਇਹ ਸੋਚ ਨੂੰ, ਇੱਥੇ ਤੁਹਾਨੂੰ ਪ੍ਰੋਬਲਮ ਸ਼ੋਅ ਹੋ ਜੂ। ECU PR ਇਹਦਾ ਮਤਲਬ ਹੈਗਾ ਵੀ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਨਵਾਂ ਟਰੈਕਟਰ ਇਹ 'ਚ ਕੋਈ ਪ੍ਰੋਬਲਮ ਹੋਣੀ ਵੀ ਨਹੀਂ ਹੈਗੀ, ਅਤੇ ਇਹਨੂੰ ਦੱਬ ਕੇ ਰੱਖੋ ਬਸ, ਆਹ ਸੋਚ ਨੂੰ, ਜੋ ਤੁਹਾਨੂੰ ਪਤਾ ਵੀ ਕੋਈ ਇਹ 'ਚ ਪ੍ਰੋਬਲਮ ਹੋ ਸਕਦੀ ਹੈ, ਇੱਥੇ ਤੁਹਾਨੂੰ ਸਿੰਪਲੀ ਕੋਈ ਅੱਖਰ ਆ ਜਾਣਗੇ, ਠੀਕ ਹੈ, ਕੋਈ ਕੋਡ ਆ ਜੂਗਾ, ਸਿੰਪਲੀ ਕੋਡ ਆ ਜੂਗਾ, ਤੁਹਾਨੂੰ ਸਮਝ ਲੱਗ ਜੂਗੀ, ਬੇਫਿਕਰ ਹੋ ਜਾਓ, ਠੀਕ ਹੈ। ਇੱਕ ਨੋਰਮਲ ਬੰਦੇ ਨੂੰ, ਦੇਸੀ ਬੰਦੇ ਨੂੰ ਵੀ ਸਮਝ ਲੱਗ ਜੂ ਉਹਦੀ, ਜਿਹੜਾ ਕੋਈ ਕੋਡ ਆਊਗਾ। ਜਦੋਂ ਕੋਈ ਟਰੈਕਟਰ ਦੇ ਵਿੱਚ ਪ੍ਰੋਬਲਮ ਆ ਗਈ, ਤੁਸੀਂ ਇਹ ਸੋਚ ਨੱਪ ਲਈ, ਜਦੋਂ ਤੁਸੀਂ ਕਿਸੇ ਸ਼ੋਰੂਮ ਵਾਲੇ ਨਾਲ ਗੱਲ ਕਰੋਗੇ ਨਾ ਫੋਨ ਲਾ ਕੇ, ਵੀ ਜੀ ਸਾਡੇ ਟਰੈਕਟਰ ਦੇ ਵਿੱਚ ਪ੍ਰੋਬਲਮ ਆ ਗਈ, ਉਹ ਤੁਹਾਨੂੰ ਇਹੀ ਪੁੱਛੂਗਾ ਵੀ ਜਿਹੜਾ ਇੱਕੋ ਦੇ ਇੱਕੋ PR ਦੇ ਵਿੱਚ ਜਿਹੜਾ ਨਾਮ ਆ ਰਿਹਾ, ਕੀ ਲਿਖਿਆ ਹੋਇਆ ਆਉਂਦਾ, ਫਿਰ ਤੁਸੀਂ ਉਹ ਦੱਸੋਗੇ ਡੀਲਰ ਨੂੰ, ਉਹਨੂੰ ਸ਼ੋਰੂਮ ਵਾਲੇ ਨੂੰ, ਫਿਰ ਤੁਹਾਨੂੰ ਉਹਦੇ ਗੱਲ ਪੱਲੇ ਪਾ ਦੂ ਵੀ ਆਹ ਕਰਕੇ ਆ ਨੁਕਸਾ। ਵੈਸੇ ਤੁਹਾਨੂੰ ਵੀ ਕੋਈ ਪਤਾ ਲੱਗ ਜੂ, ਕੋਈ ਬਾਹਲੀ ਕੋਈ ਔਖੀ ਗੱਲ ਨਹੀਂ ਹੈਗੀ ਇਹ, ਠੀਕ ਹੈ। ਅਤੇ ਇੱਧਰ ਕਲੱਚ ਆ ਜਿਹੜਾ ਬੜਾ ਹੀ ਸਮੂਥ ਹੈ, ਬੜਾ ਹੀ ਐਂ ਜਿਵੇਂ ਆਪਾਂ ਕਹਿ ਦਈਏ ਨਾ, ਬੱਚਾ ਵੀ ਆਪਣੇ ਆਸਾਨੀ ਨਾਲ ਇਹਨੂੰ ਕਲੱਚ ਨੂੰ ਜਿਹੜਾ ਦੱਬ ਸਕਦਾ। ਇੱਧਰ ਬ੍ਰੇਕ ਪਾਵਰ ਕਲੱਚ ਆ ਗਿਆ ਇਹ, ਠੀਕ ਹੈ ਜੀ, ਪਾਵਰ ਕਲੱਚ ਆ ਗਿਆ ਇਹ ਜੋਂਡੀਅਰ CID ਗੇਅਰ ਪ੍ਰੋ ਦਾ ਮੈਂ ਤੁਹਾਨੂੰ ਦੱਸਿਆ ਸੀ ਨਾ, ਇਹ ਆਹ ਦੇਖੋ ਲਿਖਿਆ ਹੋਇਆ ਗੇਅਰ ਪ੍ਰੋ, ਮਤਲਬ ਜਿਹੜੀ ਇਹ 16 ਸਪੀਡਾਂ ਦੇ ਵਿੱਚ ਜਿਹੜਾ ਟਰੈਕਟਰ ਆਇਆ, ਇਹ 4 ਸਪੀਡਾਂ ਹੋ ਗਈਆਂ ਪਿੱਛੇ ਨੂੰ, 12 ਸਪੀਡਾਂ ਅੱਗੇ ਨੂੰ, ਠੀਕ ਹੈ। 16 ਸਪੀਡਾਂ ਦੇ ਵਿੱਚ ਜਿਹੜਾ ਟਰੈਕਟਰ ਆਇਆ ਹੈਗਾ ਇਹ। ਅਤੇ ਇੱਧਰ ਹੁਣ ਮੈਂ ਤੁਹਾਨੂੰ ਇੱਧਰਲੇ ਗੇਅਰ ਦੀ ਗੱਲ ਦੱਸਾਂ, 1-2-3 ਸਿੰਪਲ ਇਹਦੇ 3 ਗੇਅਰ ਆ ਗਏ, ਵਿਚਾਲੇ ਨਿਊਟਰਲ, ਆਰ ਬੈਕ, ਪੀ ਪਾਰਕਿੰਗ ਗੇਅਰ ਆ ਗਿਆ। ਇਹਦੇ ਹੈਂਡ ਬ੍ਰੇਕ ਨਹੀਂ ਹੈਗਾ, ਇੱਥੋਂ ਹੀ ਪਾਰਕਿੰਗ ਲੱਗ ਜਾਂਦਾ ਬਸ, ਠੀਕ ਹੈ। ਇੱਧਰ ਜਿਵੇਂ ਨਾ ਆਹ ਪਾਰਕਿੰਗ ਆਉਣ ਲੱਗ ਗਿਆ, ਠੀਕ ਹੈ।
ਅਤੇ ਜਿਹੜੇ ਇੱਧਰ ਇਹ ਆ ਗਏ, ਇੱਧਰ ਆ ਗਿਆ ਏ ਬੀ ਸੀ ਡੀ, ਫੋਰ ਸਪੀਡ ਆ ਗਈਆਂ ਇਹ, ਫੋਰ ਸਪੀਡਾਂ ਦੇ ਵਿੱਚ ਟਰੈਕਟਰ ਆ। ਇੱਧਰੋਂ ਚਾਹੇ ਆਪਣਾ ਗੇਅਰ ਤੀਜਾ ਹੀ ਪਾਇਆ ਹੋਇਆ, ਇੱਧਰੋਂ ਚਾਹੇ ਆਪਣਾ ਗੇਅਰ ਤੀਜਾ ਹੀ ਪਾਇਆ ਹੋਇਆ, ਇੱਧਰੋਂ ਆਪਾਂ ਬੀ ਦੇ ਵਿੱਚ ਕੀਤਾ ਹੋਇਆ, ਠੀਕ ਹੈ, ਬੀ ਦੇ ਵਿੱਚ ਤੋਰੀ ਜਾਂਦੇ ਹਾਂ ਉਨਾ ਕੁ ਤੁਰੂ, ਸੀ ਦੇ ਵਿੱਚ ਉਦੋਂ ਵੱਧ ਤੁਰੂ, ਡੀ ਦੇ ਵਿੱਚ ਉਦੋਂ ਵੱਧ ਤੁਰੂ, ਇੱਥੋਂ ਹੀ ਨਿਊਟਰਲ ਕਰ ਦਿਉ, ਇੱਧਰੋਂ ਗੇਅਰ ਛੇੜਨ ਦੀ ਲੋੜ ਨਹੀਂ। ਫਿਰ ਜਿਵੇਂ ਭਜਾਉਣਾ ਸਿੱਧੇ ਹੀ ਚਾਹੇ ਡੀ 'ਚ ਪਾ ਕੇ ਭਜਾ ਲਓ ਫੁੱਲ, ਭੱਜ ਲੂਗਾ, ਸੀ ਦੇ ਵਿੱਚ ਭਜਾ ਲਓ ਉਦੋਂ ਘੱਟ ਭੱਜੂ, ਬੀ ਦੇ ਵਿੱਚ ਭਜਾ ਲਓਗੇ ਉਦੋਂ ਘੱਟ, ਏ ਦੇ ਵਿੱਚ ਭਜਾ ਲਓਗੇ ਉਦੋਂ ਘੱਟ ਭੱਜੂਗਾ, ਇੱਧਰੋਂ ਚਾਹੇ ਗੇਅਰ 13 ਪਾ ਕੇ ਛੱਡ ਦਿਉ, ਫਿਰ ਲੋੜ ਨਹੀਂ ਜੀ, ਬਾਅਦ 'ਚ ਚਾਹੇ ਇਹ ਗੇਅਰ ਨਾਲ ਟਰੈਕਟਰ ਨੂੰ ਕੰਟਰੋਲ ਕਰੀ ਜਾਓ। ਜ਼ਿਆਦਾਤਰ ਇਹ ਰੋਡ 'ਤੇ ਨਜ਼ਾਰਾ ਲੈ ਸਕਦੇ ਆਪਾਂ ਇਹਦਾ, ਕੀ ਗੇਅਰ ਹੈ ਨਾ ਜ਼ਿਆਦਾਤਰ, ਇੱਧਰੋਂ ਆਪਾਂ ਤੀਜਾ ਪਾ ਕੇ ਡੀ ਪਾ ਲਿਆ, ਇਹ ਜ਼ਿਆਦਾਤਰ ਰੋਡ ਲਈ ਹੋਈ ਆ ਮੇਰੇ ਹਿਸਾਬ ਨਾਲ, ਬਸ ਰੋਡ ਲਈ ਇਹਨੂੰ ਆਪਾਂ ਜ਼ਿਆਦਾ ਵਰਤਦੇ ਹਾਂਗੇ। ਅਤੇ ਜਿਹੜੇ ਇੱਧਰਲੇ ਲੀਵਰ ਆ ਗਏ ਆਪਾਂ ਇੱਧਰ ਆ ਗਏ, ਹੁਣ ਇਹ ਲੀਵਰ ਆ ਨਾ ਜਿਹੜੇ ਪੀ ਟੀ ਓ ਵਾਲਾ ਲੀਵਰ ਆ, ਠੀਕ ਆ, ਆਪਣਾ ਹੋਰ ਬਹੁਤ ਟਰੈਕਟਰ ਆਪਾਂ ਦੇਖੇ ਨੇ ਕਲੱਚ ਨੱਪ ਕੇ ਆ ਜਿਹੜੀ ਪੀ ਟੀ ਓ ਔਨ ਹੁੰਦੀ ਹੈਗੀ, ਜਿਹੜਾ ਪੀ ਟੀ ਓ ਵਾਲਾ ਗੇਅਰ ਲੱਗਿਆ ਹੁੰਦਾ, ਇਹ ਜਿਹੜਾ ਗੇਅਰ ਆ ਇਹ ਕਲੱਚ ਫਰੀ ਆ, ਕਲੱਚ ਨੱਪਣ ਦੀ ਲੋੜ ਨਹੀਂ, ਇਹਨੂੰ ਇੱਧਰੋਂ ਕਰੋ ਇੱਥੇ ਲੈ ਜਾਓ, ਬਸ ਪੀ ਟੀ ਓ ਔਨ ਹੋ ਜੂ, ਪੀ ਟੀ ਓ ਚੱਲ ਪਈ। ਜਦੋਂ ਪੀ ਟੀ ਓ ਚੱਲ ਪਈ, ਜਿੱਥੇ 540 ਈ ਲਿਖਿਆ ਹੋਇਆ ਇੱਥੇ ਪੀ ਟੀ ਓ ਦੇ ਦੁੱਗਣੇ ਚੱਕਰ ਹੋ ਗਏ, ਅਤੇ ਇੱਧਰ ਇਕੱਲੇ 500 'ਤੇ ਕਰਕੇ ਇਕੱਲੇ 540 'ਤੇ ਹੋ ਗਈ, ਆਮ ਹੀ ਜਿਹੜੀ ਆਮ ਟਰੈਕਟਰਾਂ ਦੇ ਵਿੱਚ ਪੀ ਟੀ ਓ ਹੁੰਦੀ ਹੈ। ਜਦੋਂ ਆਪਾਂ 540 ਈ 'ਤੇ ਕਰਤਾ ਇੱਥੇ ਜੋ ਦੁੱਗਣੇ ਹੋ ਗਏ, ਇਹਨੂੰ ਆਪਾਂ 1080 ਤੋਂ 1100 ਤੱਕ ਚੱਕਰ ਆਪਾਂ ਇਹਦੇ ਕਹਿ ਸਕਦੇ, 1500 ਅਤੇ 500, 1040 80, 1080 ਦਾ ਸਿੱਧਾ ਹੋ ਹੀ ਗਿਆ, 1080 ਤੋਂ 1100 ਚੱਕਰ ਦੇ ਵਿੱਚ ਜਿਹੜੀ ਪੀ ਟੀ ਓ ਚੱਲੂਗੀ 540 ਤੋਂ 540 ਈ 'ਤੇ, ਇਹ ਗੱਲਬਾਤ ਹੈ। ਜਦੋਂ ਇਹਨੂੰ ਆਪਾਂ ਰੋਕਣਾ, ਫਿਰ ਵੀ ਕੋਈ ਕਲੱਚ ਨਹੀਂ ਨੱਪਣਾ, ਇਹਨੂੰ ਇੱਧਰ ਨੂੰ ਕਰੋ, ਇੱਥੇ ਪੀ ਟੀ ਓ ਰੁਕ ਗਈ, ਡਬਲ ਪੀ ਟੀ ਓ ਵੀ ਕਹਿ ਸਕਦੇ ਇਹਨੂੰ ਆਪਾਂ। ਇੱਕ ਨਾ ਜਿਹੜਾ ਨਾਲ ਇਹ ਦਿੱਤਾ ਹੋਇਆ ਪਲੱਗ ਤੁਹਾਨੂੰ ਦਿਖਾਉਣਾ, ਇਹ ਦੇਖੋ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ, ਇਹ ਸੋਚਦੇ ਹੋਣਗੇ ਆਪਣੇ ਬਹੁਤ ਵਿਊਅਰਸ ਜਿਹੜੇ ਵਲੋਗ ਦੇਖੀ ਜਾਂਦੇ ਨੇ ਵੀ ਕਾਹਦੇ ਵਾਲਾ, ਇਹ ਹੈਗਾ ਜੀ ਆਪਣੇ ਕੈਮਰੇ ਵਾਲਾ, ਜੇ ਆਪਾਂ ਪੇਟੀ ਹੁੰਦੀ ਹੈ ਜਿਹੜਾ ਆਪਣਾ ਮਿਊਜ਼ਿਕ ਸਿਸਟਮ ਹੁੰਦਾ ਵੱਡਾ, ਉਹਦੇ ਮਗਰ ਕੈਮਰਾ ਲਾਉਣਾ ਤਾਂ ਇੱਥੋਂ ਕਨੈਕਸ਼ਨ ਹੋ ਜੂ, ਇਸ ਨੂੰ ਹੋਰ ਕਨੈਕਸ਼ਨ ਕਰਨ ਦੀ ਲੋੜ ਨਹੀਂ ਹੈਗੀ, ਅਤੇ ਇਹਨੂੰ ਆਪਾਂ ਹੀ ਲਾ ਦਿੱਤਾ। ਅਤੇ ਜਿਹੜਾ ਆਹ ਪਲੱਗ ਆ ਗਿਆ, ਇਹ ਪਿਛਲੀਆਂ ਲਾਈਟਸ ਦੇ ਪਲੱਗ ਆ ਗਏ, ਠੀਕ ਹੈ, ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਇਹਨੂੰ ਪਲੱਗ ਨੂੰ ਵੀ ਚੈੱਕ ਕਰ ਸਕਦੇ ਹਾਂ। ਇਹ ਗੇਜ ਆ ਗਈ ਆ ਜਿਹੜੀ ਫਿਊਲ ਟੈਂਕ ਦੀ, ਠੀਕ ਹੈ ਜੀ, ਫਿਊਲ ਟੈਂਕ ਦੀ ਗੇਜ ਆ ਗਈ। ਇੱਕ ਜਿਹੜੀ ਇਹਦੀ ਸੀਟ ਆ ਨਾ ਜਿਹੜੀ ਬੜੀ ਕੰਫਰਟੇਬਲ ਆ, ਬੜਾ ਐਂ ਜਿਵੇਂ ਲਗਜ਼ਰੀ ਕਾਰ ਵਾਂਗੂ ਮੈਨੂੰ ਫੀਲ ਹੋ ਰਿਹਾ। ਠੀਕ ਹੈ, ਇਹਨੂੰ ਨਾ ਆਪਾਂ ਇਹਨੂੰ ਇੱਥੇ ਚੱਕਿਆ, ਐਂ ਅੱਗੇ ਨੂੰ ਆ ਜੂ, ਇਹ ਆ ਗਈ ਨਾ ਅੱਗੇ ਨੂੰ, ਪਿੱਛੇ ਨੂੰ ਇਹਨੂੰ ਚੱਕੋ ਉੱਪਰ ਨੂੰ, ਇਹ ਆਈ ਜਾਊਗੀ, ਥੋੜ੍ਹੀ ਜਿਹੀ ਜ਼ੋਰ ਨਾਲ ਜਾਂਦੀ ਆ, ਇਹ ਜ਼ੋਰ ਮਾਰਨਾ ਪੈਂਦਾ ਜਦੋਂ ਪਿੱਛੇ ਨੂੰ ਭੇਜਣੀ ਆ, ਜ਼ੋਰ ਮਾਰੇ ਤੋਂ ਜਾ ਵੜਦੀ ਆ। ਇੱਕ ਜਿਹੜੇ ਇੱਧਰਲੀ ਸਾਈਡ ਲੀਵਰ ਆ ਗਏ ਨਾ, 1 2 3 ਇਹ ਗੇਅਰ ਵਾਲੀ ਸਾਈਡ, ਜਿਹੜਾ ਇਹ ਲੀਵਰ ਆ ਗਿਆ, ਇਹ ਤਾਂ ਸਿਰਫ ਮੰਨ ਲਓ ਤੁਸੀਂ ਕੋਈ ਇੰਪਲੀਮੈਂਟ ਪਾਉਣਾ ਹੈਗਾ ਟਰੈਕਟਰ ਦੇ ਪਿੱਛੇ, ਕੋਈ ਹਲ ਪਾਉਣਾ ਹੈ ਨਾ, ਅਤੇ ਕੋਈ ਸੁਪਰ ਸੀਡਰ ਪਾਉਣਾ, ਇਹਨੂੰ ਬਸ ਇੱਥੇ 6 ਤੱਕ ਇਹਦੇ ਨੰਬਰ ਦਿੱਤੇ ਹੋਏ ਨੇ, ਇੱਥੋਂ ਬਸ ਚੱਕੋ, 19 ਕੁ ਲਿਫਟ ਆ ਜਿਹੜੀ ਉੱਪਰ ਹੋ ਜੂਗੀ। ਇਹਦੇ ਜਿਹੜੇ ਨਾਲ ਵਾਲਾ ਇਹ ਕੰਟਰੋਲਰ ਆ, ਜਦੋਂ ਆਪਾਂ ਕੋਈ ਹਲ ਇਕੱਲੇ ਹਲਾਂ 'ਤੇ ਕੰਟਰੋਲ ਕਰੂਗਾ ਇਹ ਜ਼ਿਆਦਾਤਰ, ਵੀ ਜਦੋਂ ਆਪਾਂ ਇਹਨੂੰ ਇੱਥੇ 3 ਅਤੇ 4 ਦੇ ਵਿਚਾਲੇ ਵਧੀਆ ਕੰਟਰੋਲ ਕਰਦਾ, ਠੀਕ ਹੈ, ਹਲ ਨੂੰ ਚੱਕਣਾ ਧਰਨਾ ਲਗਾਤਾਰ, ਕਿਉਂਕਿ ਹਲਾਂ ਦੇ ਇੰਪਲੀਮੈਂਟ ਜਦੋਂ ਆਪਣੇ ਹਲ ਪਾਏ ਹੁੰਦੇ ਨਾ ਪਿੱਛੇ, ਦੇ ਆਪਾਂ ਨੂੰ ਵਾਰੀ ਵਾਰੀ ਹਲ ਚੱਕਣੇ ਪੈਂਦੇ ਆ, ਧਰਨੇ ਪੈਂਦੇ ਆ, ਠੀਕ ਹੈ, ਇਸ ਕਰਕੇ ਇਕੱਲੇ ਹਲਾਂ ਨੂੰ ਕੰਟਰੋਲ ਕਰਦਾ ਹੈਗਾ ਇਹ ਲੀਵਰ ਆ ਜਿਹੜਾ, ਠੀਕ ਹੈ। ਅਤੇ ਇੱਕ ਜਿਹੜਾ ਆ ਗਿਆ, ਅਤੇ ਇਹ ਆ ਗਿਆ ਡਿਸਟ੍ਰੀਬਿਊਟਰ ਵਾਲਾ ਲੀਵਰ, ਇਹਨੂੰ ਆਪਾਂ ਪਿੱਛੇ ਨੂੰ ਕੀਤਾ, ਜਿਹੜੀ ਆਪਣੀ ਟਰਾਲੀ ਆ ਉਹ ਉੱਪਰ ਚੱਕੀ ਜਾਊਗੀ, ਅਤੇ ਜਦੋਂ ਇਹਨੂੰ ਆਪਾਂ ਛੱਡਤਾ, ਟਰਾਲੀ ਨੇ ਉੱਥੇ ਹੀ ਖੜ੍ਹ ਜਾਣਾ ਜਿੱਥੇ ਆਪਾਂ ਜਿੰਨੀ ਕੁ ਚੱਕੀ ਆ, ਇਹਨੂੰ ਆਪਾਂ ਅੱਗੇ ਨੂੰ ਕਰਤਾ, ਟਰਾਲੀ ਨੇ ਨੀਚੇ ਆ ਜਾਣਾ, ਥੋੜ੍ਹਾ ਜਿਹਾ ਹੋਰ ਪਿੱਛੇ ਨੂੰ ਆ ਭੜਾਕਾ ਜਿਹਾ ਪਿਆ ਨਿੱਕਾ ਜਿਹਾ, ਇੱਥੇ ਲੋਕ ਲੱਗ ਗਿਆ, ਇਹਨੂੰ ਫੜ ਕੇ ਰੱਖਣ ਦੀ ਲੋੜ ਨਹੀਂ, ਟਰਾਲੀ ਨੇ ਆਪਦੇ ਆਪ ਨੀਚੇ ਆ ਜਾਣਾ, ਫਿਰ ਇਹਨੂੰ ਇੱਥੇ ਕਰੋ, ਨੋਰਮਲ ਮੋਡ 'ਤੇ ਆ ਗਿਆ ਇਹ, ਮਤਲਬ ਜਦੋਂ ਟਰਾਲੀ ਨੂੰ ਉੱਪਰ ਚੱਕਣਾ ਉਦੋਂ ਨਹੀਂ ਲੋਕ ਲੱਗਦਾ, ਉਦੋਂ ਤਾਂ ਆਈ ਆਪਾਂ ਨੂੰ ਕਰਕੇ ਹੀ ਰੱਖਣਾ ਪਊ ਇਹ, ਜੋ ਟਰਾਲੀ ਨੂੰ ਨੀਚੇ ਕਰਨਾ ਉਦੋਂ ਇੱਥੇ ਜਾ ਕੇ ਲੋਕ ਲੱਗ ਜਾਂਦਾ, ਠੀਕ ਹੈ ਜੀ। ਲੱਗ ਗਈ ਸਮਝ, ਜਿਨ੍ਹਾਂ ਨੂੰ ਸਮਝ ਲੱਗ ਗਈ ਕਮੈਂਟ ਕਰਕੇ ਦੱਸ ਦਿਓ ਵੀ ਮੈਨੂੰ ਇਸ ਚੀਜ਼ ਦੀ ਸਮਝ ਲੱਗ ਗਈ, ਠੀਕ ਹੈ। ਅਤੇ ਵਲੋਗ ਬਹੁਤ ਵਧੀਆ ਸ਼ੂਟ ਹੋ ਰਿਹਾ, ਮੈਂ ਤੁਹਾਨੂੰ ਨਾ ਇਕੱਲੀ ਇਕੱਲੀ ਗੱਲ ਹੈ ਜਿਹੜੀ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਇੱਧਰ ਸ਼ੀਸ਼ਾ ਦੇਖੋ ਵਧੀਆ ਐਂ ਦਿਖ ਰਿਹਾ ਨਾ, ਮੈਂ ਵਧੀਆ ਤੁਹਾਨੂੰ ਦਿਸ ਰਿਹਾ ਇੱਥੇ, ਵਧੀਆ ਠੀਕ ਆ, ਸੈੱਟ ਆ ਕੰਮ। ਬਰੋ ਮੈਂ ਤੁਹਾਨੂੰ ਉੱਤੇ ਬੈਠੇ ਬੈਠੇ ਨੇ ਬਹੁਤ ਗੱਲਾਂ ਟਰੈਕਟਰ ਦੀਆਂ ਕਲੀਅਰ ਕਰ ਦਿੱਤੀਆਂ ਨੇ, ਜਿਹੜਾ ਵੀ ਕੁਛ ਭਰਾ ਉਹ ਨਹੀਂ ਪਤਾ ਲੱਗਿਆ ਤਾਂ ਕਮੈਂਟ ਕਰ ਦਿਓ। ਹੁਣ ਆਪਾਂ ਚੱਲਿਆ ਨੀਚੇ, ਠੀਕ ਹੈ, ਨੀਚੇ ਆਵੇ ਸਿੰਪਲੀ ਇਹਨੂੰ ਹੱਥ ਪਾ ਲਿਆ ਮੈਂ, ਇਹਨੂੰ ਹੱਥ ਪਾ ਕੇ ਐਂ
ਐ ਨੀਚੇ ਉੱਤਰ ਗਿਆ। ਮਿਲੀਏ ਫਿਰ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ। ਕਰ ਦਿਓ ਵੀ ਸਬਸਕ੍ਰਾਈਬ ਬਹੁਤ ਘੈਂਟ ਵਲੌਗ ਦੇ ਜ਼ਰੀਏ ਮੈਂ ਤੁਹਾਨੂੰ ਬਹੁਤ ਘੈਂਟ ਵਲੌਗ ਦੇ ਨਾਲ ਮੈਂ ਤੁਹਾਨੂੰ ਜਿਹੜਾ ਜੌਂਡੀਅਰ CRD ਇਹਦੇ ਬਾਰੇ ਫੁੱਲ ਨੌਲੇਜ ਦਿੱਤੀ ਹੈਗੀ ਆ। ਅਤੇ ਆਪਾਂ ਮਿਲਦੇ ਹਾਂ ਫਿਰ ਹੁਣ ਕਿਸੇ ਅਗਲੇ ਵਲੌਗ ਦੇ ਵਿੱਚ। ਓਕੇ ਜੀ, ਸਤਿ ਸ਼੍ਰੀ ਅਕਾਲ।